ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਸੀਗੇ ਤੇ ਪੁਲਿਸ ਪਾਰਟੀ ਨੇ ਇਹਨਾਂ ਚਾਰੋਂ ਸਾਈਡਾਂ ਤੋਂ ਘੇਰ ਲਿਆ ਸੀਗਾ ਸੀਨੀਅਰ ਅਫਸਰਾਂ ਦੇ ਐਸਐਸਪੀ ਸਾਹਿਬ ਦੇ ਨੌਲੇਜ ਸੀਗਾ ਹੋਰ ਸੀਨੀਅਰ ਅਫਸਰਾਂ ਦੇ ਨੌਲੇਜ ਸੀਗਾ ਪੂਰਾ ਪਲਾਨ ਕਰਕੇ ਜਿਹੜਾ ਇਹਨਾਂ ਨੂੰ ਫੜਿਆ ਗਿਆ ਫਾਇਰਿੰਗ ਨਹੀਂ ਹੋਈ ਆ ਜਦੋਂ ਇਹਨਾਂ ਨੂੰ ਘੇਰ ਹੀ ਲਿਆ ਤੇ ਇਹਨਾਂ ਨੂੰ ਕਹਿ ਵੀ ਦਿੱਤਾ ਜੇ ਕੋਈ ਇਹੋ ਜਿਹੀ ਹਰਕਤ ਕਰੇਗਾ ਤਾਂ ਆਪਾਂ ਜਵਾਬੀ ਕਾਰਵਾਈ ਕਰਾਂਗੇ ਵਾਰਨਿੰਗ ਦਿੱਤੀ ਸਰੈਂਡਰ ਕਰਤਾ सोलह जने होन जिन्हां च चार गैंगस्टर होन इन्हां कोल 14 हथियार होन पर तावी मौके दे उत्ते पुलिस नूं वेख के हथ कंब जाण ते की कहांगे इहनूं पंजाब पुलिस दी दहशत ही कहांगे। दरअसल पंजाब पुलिस ने चार गैंगस्टर समेत 16 लोगों नूं अमृतसर दे ढाबे तो गिरफ्तार किया। पुलिस का कहना कि चार गैंगस्टर अपने साथियों दे नाल रल के वड्डी वारदात दी फराक च सी। इस दौरान पुलिस पहुँच गई तो सब तो हैरानी की गल कि सारे गैंगस्टर के कोल खतरनाक हथियार सन। इस तों इलावा करीब 14 लोगों कोल हथियार से पर एक भी बंदा गोली नहीं चला सकया क्योंकि पंजाब पुलिस ने पूरी मुस्तैदी नाल घेरा पा लिया से। तुसी आप ही वेख लवो किस तरीके दे नाल पुलिस ने की 16 लोगों की गिरफ्तारी। नाल ही सुनो पुलिस अफसर की जुबानी किवें चलिया पूरा ऑपरेशन। दैनिक मेल पंजाबी टीवी दे अमृतसर तो हाणी दी रिपोर्ट। जिहड़े 16 बंदे उत्थे बैठे सीगे जदों उन्हां दी सर्च कीती ते उन्हां कोलों हथियार मिले ने 7 राइफलां 7 जिहड़े पिस्टल मिले ने 6 राइफलां 7 पिस्टल मिले ने नहीं 7 राइफलां 7 पिस्टल हाँ जी उन्हां विच 14 बंदे जिहड़े असीं उत्थों गिरफ्तार किए 16 बंदे गिरफ्तार किए ने। उन्हां दी जदों सर्च कीती तां हर बंदे कोल किसी कोल पिस्टल किसी कोल रैफल ते उन्हां कोल बरामद होईआं ने। साडे SSP साहब DG सर वल्लों बहुत हदायतां ने जो क्रिमिनल बंदे ने उन्हां नूं किसी नूं भी बख्शिया नहीं जाएगा और साडे ऑपरेशन भी ये चल रहे ने। गैंगस्टर ਨੂੰ ਫੜ ਰਹੇ ਨੇ ਇਹਨਾਂ ਵਿੱਚ ਜਿਹੜੇ ਆ 4 ਗੈਂਗਸਟਰ ਵੀ ਨੇ ਜਿਹੜੇ ਗੈਂਗਸਟਰ ਨੇ ਮੈਂ ਉਹਨਾਂ ਦਾ ਤੁਹਾਨੂੰ ਨਾਮ ਵੀ ਦੱਸ ਦਿੰਦਾ। ਇੱਕ ਬਲਵਿੰਦਰ ਸਿੰਘ ਇਹਦੇ ਤੇ ਪਰਚੇ 302-307 ਦੇ ਪਰਚੇ ਵੀ ਦਰਜ ਨੇ ਇਹ ਬੇਲ ਤੇ ਬਾਹਰ ਆਇਆ ਹੋਇਆ ਸੀਗਾ। ਦੂਜਾ ਹੈਗਾ ਜਰਮਨ ਸਿੰਘ ਉਹਨਾਂ ਤੇ ਵੀ ਪਰਚੇ ਨੇ 302 ਦੇ 307 ਦੇ ਉਹ ਵੀ ਗੈਂਗਸਟਰ ਨੇ। ਇਹ ਤਰਨ ਤਾਰਨ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਆ ਇਹ ਵੀ ਤਰਨ ਤਾਰਨ ਦਾ ਇਹਦੇ 'ਤੇ ਵੀ ਬਹੁਤ ਪਰਚੇ ਨੇ 302-307 ਦੇ ਇਹ ਵੀ ਗੈਂਗਸਟਰ ਹੈ। ਗੁਰਪ੍ਰੀਤ ਸਿੰਘ ਇਹ ਵੀ ਗੈਂਗਸਟਰ ਨੇ। ਕੁੱਲ ਕਿੰਨੇ ਗੈਂਗਸਟਰ ਨੇ ਸਰ ਜਿਹੜੇ ਇਹਦੇ ਵਿੱਚ 4 ਗੈਂਗਸਟਰ ਨੇ ਟੋਟਲ ਇਹ 16 ਬੰਦੇ ਨੇ। ਇਹਨਾਂ ਕੋਲੋਂ ਜਿਹੜੀ ਜਿਹੜੀ ਰਿਕਵਰੀ ਹੋਈ ਨੇ 6 ਪਿਸਟਲ 32 ਬੋਰ ਦੇ 8 ਮੈਗਜ਼ੀਨ 40 ਜਿੰਦਾ ਰੌਂਦ ਨੇ ਜੀ ਅਤੇ ਦੂਜਾ 4 ਰਾਈਫਲ 315 ਦੀ 4 ਮੈਗਜ਼ੀਨ 30 ਜਿੰਦਾ ਰੌਂਦ ਨੇ 2 ਰਾਈਫਲ 12 ਬੋਰ ਦੀ 5 ਜਿੰਦਾ ਆਪਣੇ ਰੌਂਦ ਨੇ 1 ਪਿਸਟਲ 30 ਬੋਰ ਦਾ 2 ਮੈਗਜ਼ੀਨ 16 ਰੌਂਦ ਨੇ 1 ਮੈਗਜ਼ੀਨ ਰਾਈਫਲ ਆ ਸਮੇਤ 30 ਰੌਂਦ ਨੇ। ਇਹਦੇ ਵਿੱਚ ਜਿਹੜੀ FIR ਨੰਬਰ 56 ਦਰਜ ਹੋਈ ਆ 8/4/2022 ਨੂੰ ਜੁਰਮ 160, 159, 379, 488, 109, 447, 511, 148, 149, 506 25, 57, 54 ਨਾਟ ਐਕਟ ਅਸਲੇ ਦੇ ਤਹਿਤ ਇਹ ਪਰਚਾ ਦਰਜ ਹੋਇਆ। ਹਾਂਜੀ
ਇਹ ਬਹੁਤ ਵੱਡੀ ਇੱਕ ਵਾਰਦਾਤ ਕਰਨ ਜਾ ਰਹੇ ਸੀਗੇ। ਇਹ ਕੁਛ ਬੰਦੇ ਜਿਹੜੇ ਪ੍ਰੋਪਰਟੀਆਂ 'ਤੇ ਕਬਜ਼ਾ ਵੀ ਕਰਦੇ ਨੇ, ਜਿਨ੍ਹਾਂ ਦੀ ਬੈਕਗ੍ਰਾਊਂਡ ਹੈਗੀਆਂ ਨੇ। ਇਹ ਕੱਲ੍ਹ ਜੇ ਨਾ ਫੜੇ ਜਾਂਦੇ ਤਾਂ ਬਹੁਤ ਵੱਡਾ ਕਿਤੇ ਕਤਲੇਆਮ ਹੋ ਸਕਦਾ ਸੀਗਾ, ਬੜੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀਗੇ। ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਅਸੀਂ ਪੇਸ਼ ਕਰ ਰਹੇ ਹਾਂ, ਰਿਮਾਂਡ ਲੈ ਰਹੇ ਹਾਂ। ਜੋ ਜੋ ਚੀਜ਼ਾਂ ਸਾਹਮਣੇ ਆਉਣਗੀ ਤੁਹਾਨੂੰ ਦੱਸਾਂਗੇ ਪੂਰਾ। ਇਨਫੋਰਮੇਸ਼ਨ DSP ਸਾਹਿਬ ਨੂੰ, SHO ਸਾਹਿਬ ਨੂੰ ਦਿੱਤੀ ਗਈ ਵੀ ਇਸ ਪ੍ਰਕਾਰ ਦੇ ਗੈਂਗਸਟਰ ਪ੍ਰਕਾਰ ਦੇ ਬੰਦੇ ਆ, ਜੁਰਮ ਕਰਨ ਵਾਲੇ ਬੰਦੇ ਆ। ਜੇ ਤੁਸੀਂ ਹੁਣ ਉੱਥੇ ਹੋਟਲ ਦੇ ਉੱਤੇ ਕਲਾਨੌਰ ਹੋਟਲ ਦੇ GT ਰੋਡ 'ਤੇ ਰੇਡ ਕਰੋਗੇ ਤਾਂ ਤੁਹਾਨੂੰ ਉਹ ਬੰਦੇ ਮਿਲ ਸਕਦੇ, ਅਤੇ ਉਹਨਾਂ ਕੋਲ ਹਥਿਆਰ ਵੀ ਬਹੁਤ ਮਿਲ ਸਕਦੇ ਨੇ। ਅਨਲੀਗਲ ਵੀ ਇਹ, ਲਾਇਸੈਂਸੀ ਵੀ ਹੈ ਵਿੱਚ, ਪਰ ਸਾਨੂੰ ਕੋਈ ਵੀ ਹਾਲੇ ਇਹਨਾਂ ਨੇ ਲਾਇਸੈਂਸ ਨਹੀਂ ਦਿਖਾਇਆ। ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਸੀਗੇ ਅਤੇ ਪੁਲਿਸ ਪਾਰਟੀ ਨੇ ਇਹਨਾਂ ਚਾਰੋਂ ਸਾਈਡਾਂ ਤੋਂ ਘੇਰ ਲਿਆ ਸੀਗਾ। ਸੀਨੀਅਰ ਅਫਸਰਾਂ ਦੇ, SSP ਸਾਹਿਬ ਦੇ ਨੌਲੇਜ ਸੀਗਾ, ਹੋਰ ਸੀਨੀਅਰ ਅਫਸਰਾਂ ਦੇ ਨੌਲੇਜ ਸੀਗਾ, ਪੂਰਾ ਪਲਾਨ ਕਰਕੇ ਜਿਹੜਾ ਇਹਨਾਂ ਨੂੰ ਫੜਿਆ ਗਿਆ। ਫਾਇਰਿੰਗ ਨਹੀਂ ਹੋਈ ਆ। ਜਦੋਂ ਅਸੀਂ ਇਹਨਾਂ ਨੂੰ ਘੇਰ ਹੀ ਲਿਆ ਅਤੇ ਇਹਨਾਂ ਨੂੰ ਕਹਿ ਵੀ ਦਿੱਤਾ ਜੇ ਕੋਈ ਇਹੋ ਜਿਹੀ ਹਰਕਤ ਕਰੇਗਾ ਤਾਂ ਆਪਾਂ ਜਵਾਬੀ ਕਾਰਵਾਈ ਕਰਾਂਗੇ। ਵਾਰਨਿੰਗ ਦਿੱਤੀ, ਸਿਲੰਡਰ ਕਰਤਾ ਇਹਨਾਂ, ਕਿਉਂਕਿ ਇਹਨਾਂ ਨੂੰ ਚਾਰੋਂ ਸਾਈਡਾਂ ਤੋਂ ਘੇਰ ਲਿਆ ਸੀਗਾ ਆਪਾਂ। ਅਤੇ ਬੜਾ ਵਧੀਆ ਇੱਕ SHO ਔਰ DSP ਸਾਹਿਬ ਨੇ ਔਰ ਟੀਮ ਨੇ ਬਹੁਤ ਵਧੀਆ ਵਰਕ ਕੀਤਾ। ਅਤੇ ਇਹੋ ਜਿਹੇ ਅੱਗੇ ਵੀ ਹੋਰ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੇ ਪ੍ਰੈਸ ਦੇ ਰਾਹੀਂ ਕਿ ਜਿਹੜੇ ਵੀ ਇੱਦਾਂ ਦੇ ਬੰਦੇ ਹੈ ਉਹ ਕੋਈ ਵੀ ਬਖਸ਼ਿਆ ਨਹੀਂ ਜਾਏਗਾ। ਇਹ ਤਰਨ ਤਾਰਨ ਦੇ ਵੀ ਸੀਗੇ ਜੀ ਅਤੇ ਆਪਣੇ ਅੰਮ੍ਰਿਤਸਰ ਦੇ ਵਿੱਚ ਬਾਹਰ ਵੀ ਕੀਤੀਆਂ ਜੀ, ਇਹਨਾਂ ਤਰਨ ਤਾਰਨ 'ਚ ਵੀ ਕੀਤੀਆਂ। 302 ਦੇ ਮੁਕੱਦਮੇ ਵੀ ਹੈ ਜੀ ਇਹਨਾਂ ਦੇ, 307 ਦੇ ਮੁਕੱਦਮੇ ਵੀ ਹੈਗੇ ਜੀ, ਖੋਹਾਂ ਲੁੱਟਾਂ ਦੇ ਵੀ ਮੁਕੱਦਮੇ ਹੈਗੇ ਜੀ ਇਹਨਾਂ ਕੋਲ। ਇਹਨਾਂ ਦੇ ਅਸਲੇ ਦੇ ਵੀ ਪਹਿਲੇ ਪਰਚੇ ਦਰਜ ਹੋਏ ਜੀ, ਨਜਾਇਜ਼ ਅਸਲੇ ਦੇ। ਹਾਂਜੀ, ਅਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਜਿਹੜੇ ਜਿਹੜੇ ਇਹਨਾਂ ਦੇ ਤਾਰ ਜੁੜੇ ਹੋਣਗੇ ਜਿੱਥੇ ਜਿੱਥੇ, ਉਹਨਾਂ ਨੂੰ ਇਸ ਮੁਕੱਦਮੇ ਦੇ ਵਿੱਚ ਲੈ ਕੇ ਆਵਾਂ। ਇਹ 16 ਬੰਦੇ ਨੇ ਜੀ। ਏਜ ਗਰੁੱਪ ਇਹਨਾਂ ਦਾ, ਏਜ ਗਰੁੱਪ 35 ਤੋਂ 40 ਦੇ ਵਿੱਚ, 26, 27, 28 ਇੱਦਾਂ ਦੇ ਅਲੱਗ ਅਲੱਗ ਏਜ ਗਰੁੱਪ ਦੇ ਹੈਗੇ ਆ ਬੰਦੇ। ਨਹੀਂ, ਛੋਟਾ ਕੋਈ ਨਹੀਂ ਆ, ਉੱਪਰ ਹੀ ਆ, 25-26 ਸਾਲ ਤੋਂ ਉੱਤੇ ਹੀ ਹੈ, 40-45 ਸਾਲ ਤੱਕ ਦੇ ਹੈਗੇ। ਹਾਂਜੀ, ਇਨਵੈਸਟੀਗੇਸ਼ਨ ਦੇ ਵਿੱਚ ਹੁਣ ਜੋ ਜੋ ਚੀਜ਼ਾਂ ਆਉਣਗੀਆਂ, ਜੋ ਸਾਨੂੰ ਹੁਣ ਪਤਾ ਲੱਗਿਆ ਇਹਨਾਂ 'ਤੇ, ਜਿਹੜੇ FIR ਲੋਜ ਨੇ, ਜਿਹੜੇ ਗੈਂਗਸਟਰ ਨੇ ਚੈੱਕ ਕੀਤਾ ਗਿਆ, ਤਾਂ ਹਾਲੀ ਨੇ ਸਾਰੀ ਪੁੱਛਗਿੱਛ ਕਰਾਂਗੇ। ਹੋ ਸਕਦਾ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣਗੀਆਂ ਦੂਜੇ ਜ਼ਿਲ੍ਹਿਆਂ ਤੋਂ ਵੀ, ਆਪਾਂ ਪਤਾ ਕਰਾ ਰਹੇ ਨੇ ਕਿਤੇ ਖੋਹਾਂ ਲੁੱਟਾਂ ਦੇ ਵਿੱਚ। ਹੁਣ ਮਾਨਯੋਗ ਅਦਾਲਤ ਤੋਂ ਅਸੀਂ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਅਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕਰਾਂਗੇ, ਤਾਂ ਅਗਲੀ ਜਿਹੜੀ, ਹਾਂ ਹੋ ਸਕਦੀਆਂ ਨੇ ਜੀ। ਠੀਕ ਹੈ, ਧੰਨਵਾਦ।